ਅਸਲਾਮ ਅਲੈਕੁਮ ਨਾਸਰੀ, ਮੈਂ ਸ਼ਾਦੀਆ ਸ਼ਹਿਜ਼ਾਦੇ ਚੈਨਲ 'ਤੇ ਤੁਹਾਨੂੰ ਸ਼ਾਮਦੀਦ ਕਹਿੰਦੀ ਹਾਂ ਜੀ, ਆਇਆਂ ਨੂੰ ਕਹਿੰਦੀ ਹਾਂ। ਅਤੇ ਅੱਜ ਮੈਂ ਤੁਹਾਨੂੰ ਕਟਾਂ ਬਣਾ ਕੇ ਦਿਖਾਵਾਂਗੀ, ਜਿਹਨੂੰ ਕਟਵਰਕ ਵੀ ਕਹਿੰਦੇ ਨੇ। ਅਤੇ ਸ਼ੁਰੂ ਕਰਨੇ, ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕੱਪੜਾ, ਇਹਦੇ ਉੱਤੇ ਮੈਂ ਤੁਹਾਨੂੰ ਕਟਾਂ ਬਣਾ ਕੇ ਦਿਖਾਵਾਂਗੀ। ਦੂਸਰੀ ਸਾਈਡ 'ਤੇ ਮੈਂ ਇਹਦੇ ਦੂਸਰੇ ਰੰਗ ਦਾ ਕੱਪੜਾ ਲਗਾ ਰਹੀ ਹਾਂ। ਹੁਣ ਮੈਂ ਕੈਂਚੀ ਨਾਲ ਕੱਟ ਕੇ ਵਿਖਾਉਂਦੀ ਹਾਂ ਤੁਹਾਨੂੰ। ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਤੁਸੀਂ ਦੇਖ ਸਕਦੇ ਹੋ ਨਾਜ਼ਰੀਨ ਕਿ ਮੈਂ ਕਿਸ ਤਰ੍ਹਾਂ ਕੱਟਦੀ ਪਈ ਹਾਂ। ਇਹ ਥੋੜ੍ਹਾ ਥੋੜ੍ਹਾ ਪੈਨਸਲ ਨਾਲ ਲਿਖ ਲੈਣਾ ਤੁਸੀਂ, ਥੋੜ੍ਹਾ ਜਿਹਾ ਪੈਨਸਲ ਨਾਲ ਵੀ ਟਰੇਸ ਕਰਨਾ ਪੈਂਦਾ, ਨਹੀਂ ਤਾਂ ਚਿੱਟੀ ਬੁਕਰਮ ਵੀ ਲਾ ਲਈਦਾ। ਮੈਂ ਚਿੱਟੀ ਬੁਕਰਮ ਤੋਂ ਬਗੈਰ ਤੁਹਾਨੂੰ ਕੱਟ ਕੇ ਦਿਖਾਉਂਗੀ, ਔਰ ਸਿਲਾਈ ਕੇ ਚਿੱਟੀ ਬੁਕਰਮ ਤੋਂ ਬਗੈਰ ਕਰਾਂਗੀ। ਨਾਜ਼ਰੀਨ, ਇਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਟਾਂ ਕੱਟ ਲਏ ਨੇ। ਇਹ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ, ਇਹ ਕੈਂਚੀ ਨਾਲ ਮੈਂ ਕੱਟੇ ਹੋਏ ਨੇ। ਅਤੇ ਹੁਣ ਮੈਂ ਸੂਈ ਧਾਗੇ ਨਾਲ ਲੈ ਕੇ ਅਤੇ ਇਹਨਾਂ ਨੂੰ ਸਿਲਾਈ ਕਰਨੀ ਆ। ਬਿਸਮਿਲ੍ਲਾ ਰਹਿਮਾਨ। ਇਹ ਦੇਖ ਸਕਦੇ ਨਾ ਕਿ ਮੈਂ ਇਸ ਤਰ੍ਹਾਂ ਕਰਕੇ ਅਤੇ ਇਹਨਾਂ ਨੂੰ ਮੈਂ ਸਿਲਾਈ ਕਰ ਰਹੀ ਹਾਂ। ਸੂਈ ਧਾਗੇ ਨਾਲ ਸਿਲਾਈ ਕਰਨ ਦਾ ਮਕਸਦ ਇਹ ਹੈ ਕਿ ਬਾਅਦ ਦਫ਼ਾ ਘਰ ਵਿੱਚ ਮਸ਼ੀਨ ਨਹੀਂ ਹੁੰਦੀ, ਕਈਆਂ ਘਰਾਂ 'ਚ ਸਿਲਾਈ ਮਸ਼ੀਨ ਨਹੀਂ ਹੁੰਦੀ, ਔਰ ਦਰਜ਼ੀ ਕੋਲ ਵੀ ਨਹੀਂ ਸਿਲਵਾ ਸਕਦੇ। ਅਤੇ ਪਹਿਲੇ ਵਕਤਾਂ ਦੇ ਵਿੱਚ ਸੂਈ ਧਾਗੇ ਨਾਲ ਹੀ ਕੱਪੜੇ ਵੀ ਸਿਲਾਈ ਕਰਦੇ ਸੀ, ਮਸ਼ੀਨਾਂ ਤਾਂ ਬਾਅਦ ਵਿੱਚ ਫਿਰ ਆਈਆਂ ਨੇ। ਅਤੇ ਇਸ ਵਾਸਤੇ ਅਸੀਂ ਘਰ ਵਿੱਚ ਸੂਈ ਧਾਗੇ ਨਾਲ ਵੀ ਸਿਲਾਈ ਕਰ ਸਕਦੇ ਹਾਂ। ਇੰਨਾ ਮੁਸ਼ਕਲ ਕੰਮ ਤਾਂ ਹੈ ਹੀ ਕੋਈ ਨਹੀਂ ਕਿ ਜਿਹੜਾ ਕਰ ਹੀ ਨਾ ਸਕੀਏ। ਨਾਜ਼ਰੀਨ, ਤੁਸੀਂ ਦੇਖ ਸਕਦੇ ਹੋ ਇੱਥੋਂ ਆ ਕੇ ਅਸੀਂ ਹੁਣ ਇਹਦੀ ਨੋਕ ਵਾਲੇ ਪਾਸੇ ਜਾਵਾਂਗੇ, ਨੋਕ ਨੂੰ ਮੋੜਾਂਗੇ। ਨਾਜ਼ਰੀਨ, ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੈਂ ਸੂਈ ਧਾਗੇ ਦੇ ਨਾਲ ਜਿਹੜਾ ਹੈ ਨਾ ਇਹ ਇੱਕ ਕਟਾਂ ਸੀ ਲਿਆ। ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ
ਮੁਕੰਮਲ ਹੋ ਗਿਆ ਤੇ ਐਸੇ ਤਰ੍ਹਾਂ ਹੀ ਬਾਕੀ ਸਾਰੇ ਵੀ ਸੀ ਕੇ ਤੇ ਫਿਰ ਇਹਨਾਂ ਨੂੰ ਪਲਟ ਕੇ ਤੁਹਾਨੂੰ ਮੈਂ ਦਿਖਾਵਾਂਗੀ। ਇਸੇ ਤਰ੍ਹਾਂ ਹੀ ਸਾਰਿਆਂ ਕਟਾਵਾਂ ਨੂੰ ਮੁਕੰਮਲ ਕਰ ਲੈਂਦੇ ਹਾਂ। ਨਾਜ਼ਰੀਨ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਹੁਣ ਕੱਟਵਰਕ ਮੁਕੰਮਲ ਹੋਣ ਵਾਲੇ ਨੇ ਅਤੇ ਫਿਰ ਮੈਂ ਇਹਨੂੰ ਸਿੱਧਾ ਕਰਕੇ ਅਤੇ ਤੁਹਾਨੂੰ ਦਿਖਾਵਾਂਗੀ ਇਸਤਰੀ ਸਿੱਧਾ ਕਰਕੇ ਵਿਖਾਵਾਂਗੀ ਫਿਰ ਇਸਤਰੀ ਮਾਰ ਕੇ ਤੁਹਾਨੂੰ ਦਿਖਾਵਾਂਗੀ। ਮੇਰਾ ਘਰ ਕੱਟਵਰਕ ਇਸ ਤਰ੍ਹਾਂ ਸਿਖਾਉਣ ਦਾ ਮਕਸਦ ਇਹ ਹੈ ਕਿ ਜਿਹੜੀਆਂ ਮੇਰੀਆਂ ਨਵੀਆਂ ਭੈਣਾਂ ਜਾਂ ਬੱਚੀਆਂ ਜਾਂ ਮਾਵਾਂ ਨਵਾਂ ਕੰਮ ਸਿੱਖਣਾ ਚਾਹ ਰਹੀਆਂ ਨੇ ਸਿਲਾਈ ਦੀਆਂ ਸਿਲਾਈ ਦਾ ਅਤੇ ਉਹ ਉਹਨਾਂ ਵਾਸਤੇ ਆਸਾਨੀ ਹੋਵੇ ਔਰ ਵਾਰ ਵਾਰ ਰਫ ਕੱਪੜੇ 'ਤੇ ਇਸ ਤਰ੍ਹਾਂ ਕੱਟਵਰਕ ਕਰਕੇ ਵੇਖਣ। ਨਾਜ਼ਰੀਨ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਕੱਟਵਰਕ ਮੁਕੰਮਲ ਹੋ ਗਏ ਨੇ ਅਤੇ ਹੁਣ ਮੈਂ ਇਹਨੂੰ ਸਿੱਧਾ ਕਰਕੇ ਅਤੇ ਦਿਖਾਉਂਦੀ ਹਾਂ ਤੁਹਾਨੂੰ। ਸਿੱਧਾ ਕਰਨ ਵਾਸਤੇ ਤੁਸੀਂ ਕੋਈ ਵੀ ਚੀਜ਼ ਇਸਤੇਮਾਲ ਕਰ ਸਕਦੇ ਹੋ, ਪੈਨਸਲ ਜਾਂ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ। ਸਿਲਾਈ ਲੈ ਲਓ, ਪੇਨ ਲੈ ਲਓ, ਪੈਨਸਲ ਲੈ ਲਓ, ਕਿਸੇ ਵੀ ਚੀਜ਼ ਨਾਲ ਇਹਨੂੰ ਤੁਸੀਂ ਸਿੱਧਾ ਕਰ ਸਕਦੇ ਹੋ। ਦੇਖੋ ਨਾਜ਼ਰੀ ਇਸ ਤਰ੍ਹਾਂ ਸਿੱਧਾ ਕਰਨਾ ਅਤੇ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਸਿੱਧਾ ਕਰ ਲੈਣਾ। ਨਾਜ਼ਰੀਨ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਟਾਵਾਂ ਨੂੰ ਇਸਤਰੀ ਵੀ ਕਰ ਲਿਆ, ਉਹਨਾਂ ਨੂੰ ਪੱਕਾ ਕਰਕੇ ਸਿੱਧਾ ਕਰਕੇ ਅਤੇ ਇਸਤਰੀ ਕਰ ਲਿਆ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਉਮੀਦ ਕਰਨੀ ਹੈ ਕਿ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਅਤੇ ਮੇਰੀ ਵੀਡੀਓ ਅੱਜ ਦੀ ਕੈਸੀ ਲੱਗੀ ਤੁਹਾਨੂੰ ਤੁਸੀਂ ਮੈਨੂੰ ਕਮੈਂਟ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ।